ਭਾਜੀ ਹੁਣ ਗੱਡੀ ਕਿਹੜੀ ਆ ਤੁਹਾਡੇ ਕੋਲ ਇਸ ਸਮੇਂ? ਮੈਂ ਸੱਚੀ ਦੱਸਾਂ? ਹਾਂਜੀ ਓਕੇ ਮੈਂ ਅੱਜ ਤੋਂ 2-3 ਸਾਲ ਪਹਿਲਾਂ ਗੱਡੀ ਲਈ ਸੀ, ਪੈਨਾਮੇਰਾ ਪੋਰਸ਼। ਹਾਂਜੀ ਹਾਂਜੀ ਹਾਂ ਕਿੱਦਾਂ ਕਿੱਦਾਂ ਮਤਲਬ ਥੋੜ੍ਹਾ ਯਾਦ ਕਰਾ ਦਿਓ। ਮੈਂ ਲੈਣੀ ਮਿਲੀ ਹਾਂ ਪੈਨਾਮੇਰਾ ਲਈ ਸੀ। ਪੈਨਾਮੇਰਾ ਹਾਂਜੀ ਉਹ ਚੱਲੀ 150 ਕਿਲੋਮੀਟਰ ਪੈਨਾਮੇਰਾ। ਹਾਂ ਉਦੋਂ ਬਾਅਦ ਮੈਨੂੰ ਲੱਗਾ ਯਾਰ ਇਹ ਗੱਡੀ ਬਹੁਤ ਨੀਵੀਂ ਹੈ, ਤੰਗ ਕਰਦੀ ਹੈ। ਅੱਛਾ ਜੀ ਮੈਂ ਉਹਨੂੰ ਕਿਹਾ ਪੋਰਸ਼ ਵਾਲਿਆਂ ਨੂੰ, ਮੈਂ ਕਿਹਾ ਯਾਰ ਕੋਈ ਉੱਚੀ ਗੱਡੀ ਹੈਗੀ ਤੁਹਾਡੀ ਉਹ ਦੇ ਦਿਓ। ਉਹ ਦੇ ਗਏ, ਕਾਇਨ ਦੇ ਗਏ। ਅਤੇ ਹੁਣ ਮੈਂ ਤੁਹਾਨੂੰ ਦੱਸਾਂ ਉਹ 60 ਕਿਲੋਮੀਟਰ ਵੀ ਨਹੀਂ ਚੱਲੀ, 1.5-2 ਸਾਲ ਤੋਂ ਘਰੇ ਖੜੀ ਹੈ। ਮੈਂ ਆਪਣੀ ਗੱਡੀ 'ਤੇ ਸਫ਼ਰ ਹੀ ਨਹੀਂ ਕਰਦਾ। ਅਤੇ ਭਾਅ ਜੀ ਤੁਸੀਂ ਤਾਂ ਫਿਰ ਸੈਕਿੰਡ ਹੈਂਡ ਤਾਂ ਬੜੀ ਸਸਤੀ ਵਿਕ ਜਾਂਦੀ ਹੋਣੀ, ਕਿਉਂਕਿ ਸ਼ੋਰੂਮ 'ਚੋਂ ਬਾਹਰ ਨਿਕਲੀ। ਉਹਨੇ ਪੈਸੇ ਨਹੀਂ ਦਿੱਤੇ, ਗੱਡੀ ਲੈ ਕੇ ਗੱਡੀ ਦੇ ਦਿੱਤੀ ਸੀ। ਭਾਅ ਜੀ ਮੈਂ ਤੁਹਾਨੂੰ ਸਲਾਹ ਦੇਵਾਂ, ਤੁਸੀਂ ਮੈਂ ਗੱਡੀ ਰੱਖਣੀ ਨਹੀਂ ਚਾਹੀਦੀ। ਮੈਂ ਤੁਹਾਨੂੰ ਇੱਕ ਸਲਾਹ ਦਿੰਦਾ, ਤੁਸੀਂ ਲਓ ਆਪਣੀ ਕ੍ਰੀਟਾ ਇੱਕ। ਇਹ ਕੌਣ ਆ? ਕ੍ਰੀਟਾ ਗੱਡੀ ਹੈ ਭਾਅ ਜੀ, ਬੜੇ ਹਾਈ ਲੈਵਲ ਦੀ ਮਤਲਬ। ਅਤੇ ਕ੍ਰੀਟਾ ਲਓ, 60 ਕਿਲੋਮੀਟਰ ਚਲਾ ਕੇ ਅੱਧੇ ਵੇਟ। ਨਹੀਂ ਮੈਨੂੰ ਕੀ ਲੱਗਦਾ ਤੁਹਾਨੂੰ ਗੱਡੀ ਲੈਣੀ ਨਹੀਂ ਚਾਹੀਦੀ। ਅੱਛਾ ਜੀ ਹਾਂ ਗੱਡੀ ਨਹੀਂ ਲੈਣੀ ਚਾਹੀਦੀ, ਤੁਸੀਂ ਹਾਇਰ ਕਰ ਲਓ ਗੱਡੀ। ਮੈਨੂੰ ਲੱਗਦਾ ਨਹੀਂ ਕਿ ਪਿਛਲੇ 1.5-2 ਸਾਲ 'ਚ ਮੈਂ ਆਪਣੀ ਗੱਡੀ 'ਚ ਬੈਠਾ ਵੀ ਹੋਊਂਗਾ। ਓ ਹਾਂ ਔਰ ਨਾ ਉਹ ਚੱਲੀ ਹੈ। ਅੱਛਾ ਇਹ ਵੇਸਟੇਜ ਹੈ, ਪੈਸਾ ਵੇਸਟ ਕਰਨਾ ਗੱਡੀ ਲੈਣਾ। ਕਈ ਵਾਰੀ ਸਟੇਟਸ ਦੇ ਹਿਸਾਬ ਨਾਲ ਉਹੀ ਲੈਣੀ, ਐਵੇਂ ਹੀ ਲੈਣੀ ਪੈਂਦੀ। ਸਟੇਟਸ ਪੰਜਾਬ 'ਚ ਭਾਅ ਜੀ ਜ਼ਿਆਦਾ ਹੈ ਕਿ ਉਹ ਕਹੋ ਦਿਲਜੀਤ ਦੋਸਾਂ ਉਹ ਵਾਲੀ ਗੱਡੀ ਚਾਹੀਦੀ। ਨਹੀਂ ਮੈਂ ਇਸ ਵਾਰ ਦੱਸਾਂ, ਮੈਂ ਵੇਚ ਦੇਣੀ ਹੈ ਗੱਡੀ। ਅੱਛਾ ਮੈਂ ਕੋਈ ਗੱਡੀ ਨਹੀਂ ਰੱਖਣੀ। ਪਰ ਭਾਅ ਜੀ ਤੁਸੀਂ ਅੱਧ 'ਚ ਵੀ ਵੇਚੀ ਤਾਂ ਮੇਰੇ ਲਈ ਬਹੁਤ ਜ਼ਿਆਦਾ ਹੋ ਜਾਣੀ, ਮੈਂ ਤਾਂ ਆਪਣੀ ਸਕੀਮ ਲਾ ਰਿਹਾ ਸੀਗਾ ਅੱਧ 'ਚ ਮਿਲ ਜਾਵੇ। ਭਾਅ ਜੀ ਫਸਟ ਗੱਡੀ ਕਿਹੜੀ ਸੀ ਤੁਹਾਡੀ ਕੋਲ? ਮੈਂ ਪਹਿਲਾਂ ਗੱਡੀ ਲਈ ਸੀ ਜੈਨ ਲਈ ਸੀ ਜੈਨ। ਹਾਏ ਕੋਈ ਯਾਦ, ਕਿਉਂਕਿ ਪਹਿਲੀ ਗੱਡੀ ਹੁੰਦੀ ਨਾ ਬੰਦਾ ਕਹਿੰਦਾ ਸ਼ੀਸ਼ੇ ਖੋਲੀ ਐਂ ਹੱਥ ਲਾ ਕੇ ਗੱਡੀ ਚਲਾਵਾਂ। ਨਹੀਂ ਮੈਨੂੰ ਯਾਦ ਆ ਉਦੋਂ ਪੈਸੇ ਥੋੜ੍ਹੇ ਸੀ। ਅੱਛਾ ਜੀ ਅਤੇ ਉਹ ਵੀ ਇੱਦਾਂ ਚੱਕ ਚਕਾ 'ਚ ਲੈ ਲਈ ਵੀ ਯਾਰ ਹੁਣ ਦੇਖਦੇ ਲੋਕ ਕਹਿੰਦੇ ਯਾਰ ਇੱਥੇ ਤੁਰਿਆ ਐਂ ਤੁਰਿਆ ਫਿਰਦਾ ਹੈ ਨਾ। ਅਤੇ ਪੈਸੇ ਥੋੜ੍ਹੇ ਸੀ, ਜਾਂ ਤਾਂ ਘਰੇ ਜਨਰੇਟਰ ਲਵਾ ਲੈਂਦੇ ਜਾਂ ਗੱਡੀ ਲੈ ਲੈਂਦੇ। ਅਸੀਂ ਗੱਡੀ ਲੈ ਲਈ, ਮੈਂ ਤਾਂ ਮੇਰੇ ਭਰਾ ਨੇ ਮੈਂ ਸਲਾਹ ਕੀਤੀ, ਕਹਿੰਦਾ ਗੱਡੀ ਲੈ ਲਾ ਬਾਹਰ ਲੋਕ ਦੇਖਦੇ ਆ। ਅਤੇ ਅਸੀਂ ਗੱਡੀ ਲੈ ਲਈ, ਜਦੋਂ ਸਾਡੇ ਲੈਟ ਜਾਣੀ ਨਾ ਅਤੇ ਅਸੀਂ ਗੱਡੀ ਔਨ ਕਰਕੇ ਏ ਸੀ ਦੇ ਵਿੱਚ ਬੈਠੇ ਰਹਿਣਾ। ਅਤੇ ਉਹ ਜਿੰਨ ਦੀ ਬੜੀ ਯਾਦ ਆਉਂਦੀ ਮੈਨੂੰ।